हेलो। हेलो। हाँ जी भैन जी, मैं बिजली बोर्ड तो ना जेई बोलदा पिया। हाँ जी भाजी बोलो जी। कल हाँ बिजली बोर्ड तो बोल रहे हैं, जेई मैं मेरे तो। बंदे आए हैं तुहाडे दफ्तर तो ही आए थे बिजली हाँ जी हाँ जी, वाले। हाँ साढ़े दफ्तर तो आए ही थी। 55 नंबर वार्ड चो बोल रहे हो ना? जी हाँ जी। अब 55 नंबर वार्ड च देखो, साढ़े बिजली बोर्ड तो कर्मचारी आए ही, ते तुहाडा तुहानू पता हीटर फड़िया गया ही एक। आहो चलो कोई गल नहीं, साढ़े को 2 हीटर होर हैगे आ। वो तो ये सही कि सी मतलब गल, दो मतलब हीटर? हैगे 2 साढ़े को भाजी। ओहो, तुही हीटर जेड़ा कुंडी ला के लाया सीगा वो फड़िया गया ही, ओदी गल करदा पिया मैं। ते जदों हुण मीटर पुट्टन लगे कर्मचारी, ते तुही अग्गों पै गए उन्हां नूं। इह ते माड़ी गल है ना तुहाडी। नहीं, तो जे अहीं कुंडियां लाइयां तो ताडे जिहड़े अफसर है उन्होंने तो बाहर कुंडियां पाइया ही ने, उन्होंने को कुंडियां पाउंदे ही, ते अहीं हीटर ला रहे हैं। अपनी मर्जी नाल तो नहीं ला लेने, उन्होंने मर्जी नाल ही लाई दे आ। देखो, कुंडियां लाई ताडे अफसर कोलों। मैं इहो जिहा अफसर नहीं हैगा, ठीक है। चंगे माड़े बंदे हर जगह ते हुंदे आ, ठीक है। साडे डिपार्टमेंट दे विच बहुत वधिया बंदे भी ने, मैं उन्हां च हुंना। और अपने जिहड़े कर्मचारी आए आ, तुहाडा मीटर, तुहाडी शरेआम कुंडी लाई तुसीं, शरेआम उन्हां ने फड़ी कुंडी, एक हीटर मिला। सानू रात ही लोगों ने दसे, अभी सानू कह होर लोगों ने थोड़ा दसने, बिजली वाले ने दसे। बिजली वाले दस्से कीमत, अही दस्सिया तुहानू कुंडी ला, अही कदी ना मैनूं कोई कुंडी गल ला। नहीं, दस अही जा तुहाडे अफसर ने भाई सानू ना एवें। चलो कोई गल नहीं, एडी कड़ी गल है, तुहानू मैं दस ही दिन्नी आ। साडा अफसर है ना जिहड़ा ਕਿਹੇ ਅਫਸਰ ਨੇ ਦੱਸਿਆ ਤੁਸੀਂ ਐਵੇਂ ਨਾ ਗੱਲ ਨੂੰ ਘੁਮਾਓ ਨਾ, ਹੁਣ ਤੁਸੀਂ ਫੜੇ ਨਹੀਂ ਸਾਡੀ ਨਾ, ਕੁੰਡੀ? ਸਾਨੂੰ ਤਾਂ ਤੁਹਾਡੇ ਅਫਸਰ ਐ ਮਹੀਨਾ ਭਰਦੇ ਆ, ਸਾਡੇ ਗਲੀ ਗਵਾਂਢ ਸਾਡੀ ਗਲੀ 'ਚ 6 ਘਰਾਂ ਨੇ ਉਹਦੇ ਕੋਲ ਬਿਜਲੀ ਲਵਾਈ ਮੁੱਲ ਦੀ। ਅਸੀਂ ਤੁਹਾਨੂੰ ਪਤਾ ਸਪੈਸ਼ਲੀ ਕੰਪਿਊਟਰ ਵਾਲੇ ਮੀਟਰ ਲਾਏ ਆ, ਤਾਂ ਕਿ ਕੋਈ ਕੁੰਡੀ ਨਾ ਲਾ ਸਕੇ। ਤੁਸੀਂ ਫਿਰ ਵੀ ਸਕੀਮ ਲਾ ਕੇ ਤੇ ਕੁੰਡੀ ਲਾ ਕੇ ਹੀਟਰ ਲਾਇਆ ਨਾਲ। ਕੰਪਿਊਟਰ ਵੇਖੋ ਸਕੀਮਾਂ ਸਾਨੂੰ ਕਾਹਦੀਆਂ ਪਤਾ ਲੱਗਣੀਆਂ ਭਾਜੀ, ਸਕੀਮਾਂ ਤਾਂ ਤੁਹਾਡੇ ਡਿਪਾਰਟਮੈਂਟ ਨੂੰ ਪਤਾ ਹੈ ਨਾ ਨਹੀਂ ਕਿ ਭੈਣ ਕਿਵੇਂ ਜੀ, ਸਕੀਮ ਤੁਹਾਨੂੰ ਲਾਉਣੀ ਆ, ਆਪਣੇ ਆਪ ਕਿਵੇਂ। ਚ ਆਪਣੇ ਆਪ ਫੀਲ ਨਹੀਂ ਹੁੰਦਾ ਵੀ ਤੁਸੀਂ ਕਿੰਨਾ, ਮਤਲਬ ਇੱਕ ਤਾਂ ਤੁਹਾਨੂੰ ਬਿਜਲੀ ਦੇ ਰਹੇ ਆ ਅਸੀਂ, ਇੰਨੇ ਯੂਨਿਟ ਦੇ ਉੱਤੇ ਤੁਸੀਂ, ਤੁਹਾਡਾ ਬਿੱਲ ਆਉਂਦਾ, ਤੁਸੀਂ ਬਿੱਲ ਤਾਰੋ ਰਮਾਨਾ, ਤੁਸੀਂ ਕਿਹੜੇ ਬਿੱਲ ਤਰ੍ਹਾਂ ਨਾਲ ਦੇ? ਬਿੱਲ ਤੁਸੀਂ ਕਿੱਦਾਂ ਇੱਡਾ ਲੰਮਾ ਬਿੱਲ, ਤੁਹਾਨੂੰ ਪਤਾ ਅਸੀਂ ਉਹਨੀ ਬਿਜਲੀ ਬਾਲਦੇ ਨਹੀਂ ਜਿੰਨਾ ਤੁਸੀਂ ਬਿੱਲ ਭੇਜ ਭੇਜ ਹਾਂਜੀ ਸਰ, ਦਿੰਦੇ ਹੋ। ਬਿਜਲੀ ਬਾਲਣੀ ਕਿੱਥੋਂ? ਤੁਸੀਂ ਤਾਂ ਕੁੰਡੀ ਪਾਉਂਦੇ ਹੋ, ਤੁਹਾਡਾ ਮੀਟਰ ਚੱਲਦਾ ਹੈ। ਮੈਂ ਹੀ ਆਖਾਂ ਬਿੱਲ ਘੱਟ ਕਿਉਂ ਹੁੰਦਾ ਤੁਹਾਡਾ ਇੰਨਾ? ਤੁਸੀਂ ਜਦੋਂ ਕਿੱਥੋਂ ਕੁੰਡੀ, ਮੇਰੇ ਘਰ ਆਉਂਦਾ ਆ, ਅਸੀਂ ਜਿਹੜੇ ਪੱਖੇ ਸਾਰੇ ਤਰੱਬੇ ਕਰਦੇ ਹਾਂ, ਕਿ ਇਹਨੇ ਏਸੀ ਅੱਗੇ ਨਹੀਂ ਬਹਿਣਾ, ਸਾਰੇ ਡਬਲ ਇਕੱਠੇ ਬਹਿ ਜਾ, ਇੱਕੋ ਪੱਖੇ ਤੇ ਲੇਟਾਂ ਵੀ ਬਿੱਲ ਇੰਨਾ ਬਿੱਲ ਬਿੱਲ ਸਭੇ ਤੇ ਚੜ੍ਹ ਦਿੰਦੇ, ਫਿਰ ਮਰਦਾ ਕੀ ਕਰੀਏ। ਤੇ ਇਹ 'ਚ ਫਾਇਦਾ ਹੀ ਹੈ ਨਾ, ਜੇ ਇੱਕ ਪੱਖੇ ਥੱਲੇ ਬਹਿੰਦੇ ਸਾਰੀ ਫੈਮਿਲੀ, ਸਾਰੇ ਪਰਿਵਾਰ ਦਾ, ਵੇਖੋ ਵੀ ਸਾਡੀ ਬਿਜਲੀ ਬੋਰਡ ਕਰਕੇ ਪਿਆਰ ਵਧਦਾ, ਤੇ ਇਹ 'ਚ ਤਾਂ ਚੰਗੀ ਗੱਲ ਹੈ ਸਗੋਂ, ਕਿ ਇੱਕੋ ਪੱਖੇ ਥੱਲੇ ਸਾਰਾ ਟੱਬਰ ਬਹਿੰਦੇ ਹੋ, ਤੇ ਨਾ ਮਾੜੀ ਤੁਸੀਂ ਗੱਲ। ਸਾਡੇ ਘਰ ਦੇ ਪਿਆਰ ਤੋਂ ਕੀ ਲੈਣਾ, ਆਪਣੀ ਜਿਹੜੀ ਗੱਲ ਹੈ ਨਾ ਉਹ ਕਰੋ, ਤੁਸੀਂ ਦੂਜੇ ਬੰਨੇ ਗੱਲ ਕਰ ਕੇ ਦੱਸਿਆ ਨਾ, ਮੈਨੂੰ ਨਹੀਂ ਲੱਗਦਾ ਤੂੰ ਠਰਕੀ ਜਿਹਾ ਬੰਦਾ ਆ। ਮੈਂ ਦੱਸੋ, ਮੈਂ ਤੁਹਾਡੇ ਨਾਲ, ਪਿਆਰ ਵੱਧਦਾ ਹੈ ਤਾਂ ਤੂੰ ਕੀ ਲੈਣਾ ਪਿਆਰ ਤੋਂ। ਮੈਂ ਪਰਿਵਾਰਕ ਪਿਆਰ ਦੀ ਗੱਲ ਕਰ ਰਿਹਾ, ਤੁਸੀਂ ਉਹ ਗੱਲ ਕੀਤੀ ਸੀ ਜਿਹੜੀ, ਨਾਲੇ ਮੇਰੀ ਗੱਲ ਤੁਹਾਨੂੰ ਪੈਣਾ ਜੁਰਮਾਨਾ, ਠੀਕ ਆ। ਤੇ ਇੱਕ ਤਾਂ ਤੁਸੀਂ ਸਾਡੇ ਕਰਮਚਾਰੀਆਂ ਨੂੰ ਅੱਗੋਂ ਪੈ ਗਏ ਹੋ, ਇੱਕ ਤੁਹਾਡੀ ਕੁੜੀ ਫੜੀ ਗਈ, ਤੁਹਾਨੂੰ ਪੈਣਾ ਜੁਰਮਾਨਾ ਆਹ ਬਿੱਲ ਦਾ। ਫਿਰ ਤੁਹਾਡੇ ਕਰਮਚਾਰੀ ਆਉਣ ਤਾਂ ਸਹੀ, ਜਿਹੜਾ ਸਾਡਾ ਮੀਟਰ ਪੁੱਟਣ ਤੇ ਵੇਖੋ ਮਾਂਜਾ ਕਿਵੇਂ ਲੈਂਦਾ ਉਹਨਾਂ ਦਾ। ਕੀ ਮਤਲਬ ਆਉਣ ਜਿਹੜਾ ਕਿ ਸਾਡੇ ਤੁਸੀਂ ਮੱਲੇ ਦੇ, ਕਹਿੰਦੇ ਸਾਡੇ ਸਾਰੇ ਮੱਲੇ ਨੇ ਕੁੰਡੀਆਂ ਲਾਈਆਂ ਆ, ਤੁਹਾਡੇ ਅਫਸਰ ਦੇ ਕਹਿਣ ਤੇ ਹੀ ਲਾਈਆਂ। ਆਪਣੇ ਅਫਸਰਾਂ ਨੂੰ ਸਮਝਾਓ ਉਹ ਕਿਵੇਂ ਹੋ ਜੇ ਕੰਮ ਕਰਦੇ ਆ, ਸਾਡੇ ਉਹ ਵੀ ਲੋਕਾਂ ਨੂੰ ਸਾਡੇ ਰਾਹ ਦੱਸਦੇ ਆ ਤੇ ਲੋਕਾਂ ਨੂੰ ਕੋਈ ਰਾਹ ਰਾਹ ਨਹੀਂ ਪਤਾ ਦੱਸਦਾ, ਲੱਗਦੇ ਆ। ਕੋਈ ਰਾਹ ਨਹੀਂ ਦੱਸਦਾ, ਸਾਡੇ ਅਫਸਰ ਕੋਈ ਨੇ ਇਦਾਂ ਦੀ ਕੋਈ ਗੱਲ ਕਰਦਾ, ਤੁਸੀਂ ਹੁਣ ਬਹਾਨੇ ਨਾ ਪਾਓ, ਤੁਹਾਡੇ ਤੇ ਪੈਣਾ ਜੁਰਮਾਨਾ। ਤੇ ਦੇ ਤੁਸੀਂ ਕਰਮਚਾਰੀ ਨੂੰ ਹੱਥ ਲਾਇਆ, ਤੇ ਮੈਂ ਤੁਹਾਨੂੰ ਦੱਸਾਂ ਅਸੀਂ ਪੁਲਿਸ ਕੰਪਲੇਂਟ ਕਰ ਦੇਣੀ ਤੁਹਾਡੀ। ਉਹ ਹੱਥ ਲਾ ਲਾਂਗੇ, ਹੱਥ ਤੇ ਹੀ ਫੇਰ ਲਾ ਲਾਂਗੇ ਜੇ ਸਾਡੀ ਗਲੀ 'ਚ ਵੜਨਗੇ, ਉਹਨਾਂ ਨੇ ਦਰਦਿਆਂ ਵੜਨਗੇ। ਦੱਸਤਾ ਉਹਨਾਂ ਨੂੰ ਜੇ ਸਾਡੀ ਗਲੀ 'ਚ ਕਿਤੇ ਆਏ ਨਾ, ਸੁਨੇਹਾ ਕਰਨ ਦਿੱਤਾ ਉਹਨਾਂ ਨੂੰ ਅੰਦਰ ਨਹੀਂ, ਸਾਡੇ ਇਹ ਤਾਂ ਤੁਸੀਂ ਸ਼ਰਿਆਮ ਧਮਕੀ ਜਿਹੜੇ ਦੇ ਰਹੇ ਸਾਡੀ ਹੋ, ਗਲੀ 'ਚ ਵੜੇ, ਤੁਸੀਂ ਧਮਕੀ ਦੇ ਜਿਹੜੇ ਰਹੇ ਸ਼ਰਿਆਮ, ਸੱਪਾ ਘਰਾਣੇ ਰਲ ਕੇ ਤੇ ਮਾਂਜਾ ਵਾਲਾ ਸੋਣਾ ਆਉਂਦਾ, ਆਪਣਾ ਸਾਡੀ ਬੱਤੀ ਚੇਤਾ ਕੱਟ ਦੇਣੀ ਰੱਖ ਅਸੀਂ, ਲਿਓ ਤਾਂ ਸਾਡੀ ਸਾਡੀ ਬੱਤੀ, ਬੰਦ ਆ ਸਾਡੀ ਬੱਤੀ ਕੱਟ ਦੇਣੀ ਅਸੀਂ ਬੋਰਡ ਵੱਲੋਂ, ਕੱਟ ਕੇ ਉਹਨਾਂ ਹੱਦ ਹੋ ਗਈ ਦਾ ਤੁਹਾਡੀ। ਬੱਤੀ ਸਮਝ ਤੁਸੀਂ ਗਿਆ। ਇਹ ਕਿੱਦਾਂ ਦੀ ਗੱਲ ਹੋਈ, ਤੂੰ ਤੁਹਾਨੂੰ ਬੋਲਣ ਦੀ ਜਾਈ ਨਹੀਂ, ਕਿੱਦਾਂ ਗੱਲ ਕਰੀ ਦੀ, ਇੱਕ ਸਰਕਾਰੀ ਕਰਮਚਾਰੀ ਦੇ ਨਾਲ ਜਈ ਆ ਮੈਂ, ਜਈ ਨਹੀਂ ਪਤਾ ਸਰਕਾਰ, ਜਿਹੜੀ ਹੋਏ ਨੇ ਤੂੰ ਆਪਣੇ ਘਰ ਹੋਏਗਾ, ਜੇ ਕੰਮ ਤੇ ਇੱਜ਼ਤ ਵਾਲੇ ਕਰੋ ਤਾਂ ਤੁਹਾਨੂੰ ਲੋਕ ਇੱਜ਼ਤ ਦੇਣ, ਕੰਮ ਮੈਂ ਤੇ ਜਈ ਕੁੱਤੇ ਖਾਣੀ ਕਰਾਉਣ ਵਾਲੇ ਕਰ ਦਿਓ। ਜੇ ਕੋਈ ਤੇ ਜਈ ਲੋਕਾਂ ਦੇ ਕੁੰਡੀਆਂ ਲਾ ਲਾ ਕੇ ਜਿੰਦੇ ਤੇ ਫਿਰ ਲੋਕੀ ਤੁਹਾਡੀ ਇੱਜ਼ਤ ਕਰਨਗੇ, ਫਿਰ ਤੁਹਾਡੀ ਜਿੰਨੀ ਸ਼ਤਰਾਓ ਕੀਤੀ ਜਾਵੇ, ਜਿੰਨੀ ਤੁਹਾਡੀ ਬੇਇੱਜ਼ਤੀ ਕਰੀ ਕੁੱਤੇ ਖਾਣੇ, ਓਨੀ ਥੋੜੀ ਹੈ ਤੁਹਾਡੇ ਲੋਕਾਂ ਦੀ। ਅਹੀ ਆ ਬਿਜਲੀ ਬੋਰਡ ਦੇ ਕੁਛ ਕੁ ਬੰਦਿਆਂ ਨੇ ਸਾਰੇ ਡਿਪਾਰਟਮੈਂਟ ਨੂੰ ਬਦਨਾਮ ਕੀਤਾ, ਪਤਾ ਤੁਹਾਨੂੰ, ਭਾਵੇਂ ਤੁਸੀਂ 2% ਹੀ ਬੰਦੇ ਕਰਦੇ, ਇੱਕ ਬੰਦਾ ਹੀ ਕਰਦਾ, ਬਦਨਾਮ ਤਾਂ ਸਾਰਾ ਡਿਪਾਰਟਮੈਂਟ ਹੋ ਜਾਂਦਾ, ਤੁਸੀਂ ਤੁਸੀਂ ਮੇਰੀ ਜਿਹੜੇ ਗੱਲ ਉਹਨਾਂ ਤੇ ਸੁਣੋ, ਕਟਾਈ ਕਰਦੇ। ਕੋਈ ਇਦਾਂ ਦੀ ਗੱਲ ਨਹੀਂ, ਕੋਈ ਹੁਣ ਪ੍ਰੋਬਲਮ ਆਈ ਨੰਬਰ ਦਿੱਤਾ ਹੋਇਆ, ਉਸ ਨੰਬਰ ਤੇ ਕਾਲ ਕਰੋ, ਉਸ ਵੇਲੇ ਕੰਪਲੇਂਟ ਮੰਨੀ ਜਾਂਦੀ ਕਿ ਇਹਦੀ ਬੱਤੀ ਜਾ ਕੇ ਤੁਸੀਂ ਠੀਕ ਕਰ ਦਿਓ। ਜੀ ਜਿਹੜੇ ਕਹਿੰਦੇ ਨਾ ਮੈਂ ਰੇਟ ਪਾਈ ਆ, ਉੱਥੇ ਬਿਜਲੀ ਫੜੀ, ਉੱਥੇ ਬਿਜਲੀ ਫੜੀ, ਉੱਥੇ ਮੀਟਰ ਫੜਿਆ, ਉੱਥੇ ਹੀਟਰ ਫੜਿਆ, ਇਹ ਫੜ ਕੇ ਮੈਂ ਲੈਂਦੇ ਹੋ। ਜਿਹੜੇ ਲੰਬੇ ਉਹਨਾਂ ਨੂੰ ਪਤਾ ਹੁੰਦਾ ਫਲਾਣਾ ਫਲਾਣਾ ਘਰ ਨਜਾਇਜ਼ ਬੱਤੀ ਬਾਲਦਾ, ਉੱਥੇ ਤੁਸੀਂ ਪਹੁੰਚ ਜਾਂਦੇ ਹੋ। ਇਹ ਐਵੇਂ ਕਹਿੰਦੇ ਨਹੀਂ ਬਿਜਲੀਆਂ ਨਜਾਇਜ਼ ਲੱਗਦੀਆਂ, ਅੰਦਰ ਖਾਤੇ ਰਲੀ ਭੁਗਤ ਨਾਲ ਲੱਗਦੀਆਂ, ਤੁਹਾਨੂੰ ਸਾਫ਼ ਜੀ ਨਹੀਂ ਦੱਸ ਦਈਏ। ਇੱਕ ਤਾਂ ਤੁਸੀਂ ਜੁਰਮ ਕੀਤਾ, ਦੂਜਾ ਤੁਸੀਂ ਬਹਾਨੇ ਪਾ ਰਹੇ ਹੋ, ਦੂਜਾ ਤੁਸੀਂ ਸਾਡੇ ਕਰਮਚਾਰੀਆਂ ਨੂੰ ਧਮਕੀ ਦੇ ਰਹੇ ਸ਼ਰੇਆਮ। ਨਹੀਂ ਤੁਹਾਡੇ ਇੱਦਾਂ ਨਹੀਂ ਕਹਿੰਦੇ, ਤੁਹਾਡੇ ਸੱਚ ਨਹੀਂ, ਜਿਹਨੂੰ ਮਰਜ਼ੀ ਬਦਲੋ, ਤੁਹਾਡੇ ਕੋਲ ਕਿਤੇ ਜੀਆਈ ਰਲਿਆ, ਕਿਤੇ ਐਸਡੀਐਮ ਰਲਿਆ, ਕਿਤੇ ਹੋਰ ਬੰਦੇ ਨਵੇਂ
मैं तुहानू गल दसा तुसीं कहिंदे ना कर्मचारी मैं आप कर्मचारियों दे नाल आऊंगा मैं आप पलास लै के तुहाडी मैं घर दी बत्ती ना कट के आ रहे गल करियो तुसीं जिहड़ियां गल्लां करदे ਤੁਸੀਂ ਕਹਿੰਦੇ ਨਾ ਹੀਟਰ 2 ਹੋਰ ਰੁਪਏ ਤਾਂ ਉਹ ਵੀ ਚੁੱਕ ਕੇ ਲਿਆਵਾਂਗੇ ਨਾਲ ਤੁਹਾਡੀ ਜਿਹੜੀ ਕੁੰਡੀ ਪਾਈ ਆ ਠੀਕ ਆ ਉਹਦਾ ਪ੍ਰੂਫ ਵੀਡੀਓ ਬਣਾ ਕੇ ਸਾਰੀ ਦੁਨੀਆ ਦੱਸੂਗਾ ਤੁਸੀਂ 55 ਨੰਬਰ ਵਾਰਡ ਜਿਹੜੀ ਬੱਤੀ ਚੋਰੀ ਕਰਨ ਦੇ ਸਾਡੀ ਠੀਕ ਹੈ ਅਸੀਂ ਸਾਰੇ ਘਰ ਇਕੱਠੇ ਹੋ ਗਏ ਨਾ ਅਸੀਂ ਵੀਡੀਓ ਬਣਾਵਾਂਗੇ ਤੁਹਾਡੇ ਅਫਸਰਾਂ ਦੇ ਨਾਂ ਨਾਵਾਂਗੇ ਫਲਾਣੇ ਅਫਸਰ ਨੂੰ ਇੰਨੇ ਪੈਸੇ ਦਿੱਤੇ ਉਹਨੂੰ ਇੰਨੇ ਦਿੱਤੇ ਉਹਨੂੰ ਇੰਨੇ ਦਿੱਤੇ ਚਾਰ ਅਫਸਰ ਰਲੇ ਡੇਢ ਮਹੀਨਾ ਸਾ ਜਿੰਨਾ ਸਾ ਡੇਢ ਮਹੀਨਾ ਬੱਸ ਤੁਹਾਨੂੰ ਬੋਲਣ ਜੇ ਤੁਹਾਡੀ ਬਿਜਲੀ ਵਾਹ ਕੱਟਣੀ ਚਾਹੀਦੀ ਉਹਨਾਂ ਨੂੰ ਬਦਨਾਮ ਕਰਾਂਗੇ 40000 ਰੁਪਏ ਜਿਹੜੇ ਮਾਣ ਇੱਕੋ ਜਿਹੀ ਆ ਆਪ ਬਿਜਲੀ ਵਾਲੇ ਬਣਿਆ ਤਾਂ ਤੁਹਾਡੇ ਆਪਾਂ ਮੰਨ ਜਾਵਾਂ ਮੈਂ ਤੇ ਦੇਖਿਓ ਲਕਾਵਾਂ ਦੇ ਤੁਹਾਡੀ ਬਿਜਲੀ ਵਾਲਿਆਂ ਦੀਆਂ ਆਹ ਸਹੀ ਨਾ ਕਹਿ ਤੁਸੀਂ ਜਿੱਦੀ ਤੁਹਾਡੀ ਜ਼ਬਾਨ ਚੱਲਦੀ ਤੁਹਾਡੇ ਤੇ ਆਪਣੇ 500 ਵਾਟ ਦੀ ਜ਼ਬਾਨ ਤਾਂ ਦੇ ਬੱਤੀ ਲੋੜ ਹੀ ਨਹੀਂ ਤਾਂ ਬੋਲਣ ਦੀ ਅਗਲੇ ਨਹੀਂ ਆ ਇਹ ਗੱਲ ਕਿੱਦਾਂ ਕਰਦੇ ਹੋ ਤੁਸੀਂ ਦੱਸਣਾ ਨਾ ਬੋਲੋ ਤੇ ਅਗਲੇ ਹੋਣੀ ਮੈਂ ਜਿਹੜਾ ਦੇ ਕੰਮ ਕਰਦੇ ਉਹਨੇ ਕੀ ਇੱਜ਼ਤ ਕਰਨੀ ਹੁੰਦੀ ਲੋਕਾਂ ਨੇ ਮੈਂ ਬਿਜਲੀ ਬੋਰਡ ਦਾ ਜਿਹੜੀ ਨਾ ਕਰਦਾ ਮੈਂ ਜਿਹੜਾ ਸਭ ਤੋਂ ਬੱਚੇ ਡਿਪਾਰਟਮੈਂਟ ਚ ਕਿ ਇਹੋ ਜਿਹੇ ਲੋਕ ਰਹਿੰਦੇ ਆ ਮੈਂ ਤੁਹਾਡੇ ਫੌਜੀਆਂ ਦੇ ਡਿਪਾਰਟਮੈਂਟ ਕਿ ਡੰਗਦੇ ਆ ਲੋਕੀ ਫੌਜੀਆਂ ਨੂੰ ਸਲੂਟ ਮਾਰਦੇ ਆ ਨਾ ਤੇ ਤੁਹਾਡੇ ਡਿਪਾਰਟਮੈਂਟ ਚ ਪਾਉਂਦੇ ਮੈਨੂੰ ਸਲੂਟ ਵੱਜਦਾ ਜਦੋਂ ਮੈਂ ਦਫ਼ਤਰ ਆਉਣਾ ਨਾ ਜਦੋਂ ਦਫ਼ਤਰ ਆਉਣਾ ਜਈ ਆ ਮੈਂ ਜੀ ਡੀਸੀ ਨਾਲ ਵੱਧ ਟੋਰ ਡੀਸੀ ਨਾਲ ਵੱਧ ਟੋਰ ਜਦੋਂ ਦਫ਼ਤਰ ਜਾਣਾ ਮਾਰਕੀਟ ਲੰਘਦਾ ਸਲੂਟ ਵੱਜਦਾ ਮੈਨੂੰ ਵੀ ਜਈ ਸਾਹਿਬ ਜਈ ਸਾਹਿਬ ਦੱਸ ਕਿੰਨੇ ਲਵਾਈ ਕਿੰਨੇ ਕਿਲੋ ਬਿਜਲੀ ਲਵਾਈ ਜੇ ਦੁੱਧ ਦੀ ਬਾਂਡ ਨਹੀਂ ਲਾਈ ਹੁੰਦੀ ਇਹ ਤਾਂ ਵੀ ਬਿਜਲੀ ਦੀ ਬਾਂਡ ਲਾਈ ਆ ਲੈ ਵੀ ਤੈਨੂੰ ਵੀ ਲਾਤੀ ਤੈਨੂੰ ਵੀ ਲਾਤੀ ਤੈਨੂੰ ਵੀ ਲਾਤੀ ਮੈਂ ਨਾਈਨਾ ਮੈਨੂੰ ਘਰ ਦੇ ਦੱਸ ਕਰਦੇ ਕਿ ਨਹੀਂ ਕਰਦੇ ਤੁਹਾਡਾ ਨਾਮ ਲਾਇਆ ਸਾਹਿਬ ਤੁਹਾਨੂੰ ਮੈਂ ਦੂਜੀ ਤਰ੍ਹਾਂ ਤੁਹਾਡੀ ਬੱਤੀ ਕੱਟਣੀ ਪੈਣਾ ਤੁਹਾਡੀ ਬੱਤੀ ਪਹਿਲੀ ਮੈਂ ਤਾਂ ਕਿਹੜੀ ਕੁੰਡੀ ਪਾਈ ਨਾ ਉਹ ਮੈਂ ਤੁਹਾਡੀ ਬੱਤੀ ਤੁਹਾਡਾ ਮੀਟਰ ਆਹ ਪੁੱਟ ਕੇ ਆਉਣਾ ਵੇਖੋ ਸਹੀ ਬਣਦਾ ਕੀ ਕੁੰਡੀਆਂ ਤਾਂ ਪਾਈਆਂ ਕਿ ਤੁਹਾਡੇ ਅਫਸਰਾਂ ਨੇ ਗਾਂ ਕੁੰਡੀਆਂ ਪਾਈਆਂ ਸਾਡੇ ਨਾਲ ਅਸੀਂ ਤਾਂ ਕੁੰਡੀਆਂ ਉਹਨਾਂ ਦੇ ਸਿਰ ਤੇ ਰਾਜ ਕਰਦੇ ਤੁਹਾਡੇ ਮੀਟਰ ਜੇ ਇਹਦੇ ਸਿਰ ਤੇ ਤੁਹਾਡੇ ਅਸੀਂ ਦੇ ਸਿਰ ਤੇ ਤੁਹਾਡੀ ਬਿਜਲੀ ਵਾਲੇ ਮਹਿਕਮੇ ਦੇ ਸਿਰ ਤੇ ਅਸੀਂ ਬੱਤੀਆਂ ਬਾਲਦੇ ਆ ਬਾਲਾਂਗੇ ਤੇ ਬਾਲਦੇ ਰਹੇ ਆ ਕੋਈ ਮਾਈ ਦਾ ਲਾਲ ਨਹੀਂ ਜੰਮਿਆ ਸਾਨੂੰ ਇੱਕ ਰੋਕੜ ਵਾਲਾ ਕੋਈ ਗੱਲ ਸਾਨੂੰ ਪਤਾ ਬਿਜਲੀ ਮਹਿਕਮਾ ਵਕਾਊ ਆ ਅਸੀਂ ਮੂੰਹ ਦੇ ਅੱਗੇ ਛਿੱਲੜ ਸੁੱਟਦੇ ਆ ਉਹ ਵਿਕ ਜਾਂਦੇ ਆ ਅਸੀਂ ਮਨ ਚਾਹੀਆ ਬਿਜਲੀ ਬਾਲਦੇ ਆ ਤੁਸੀਂ ਨਹੀਂ ਕਰ ਸਕਦਾ ਤੁਹਾਡਾ ਹੀਟਰ ਚੁੱਕ ਲੈਂਦਾ ਤੁਹਾਡਾ ਹੁਣ ਮੀਟਰ ਪੁੱਟ ਕੇ ਲਾਉਣਾ ਵੇਖੋ ਸਹੀ ਜਿਹੜੀ ਦੀ ਕੁੰਡੀ ਪੁੱਟ ਕੇ ਤਿਆਰ ਹੋ ਦੱਸੋ ਬੰਦਾ ਜੀ ਹੁਣ ਗੱਲ ਨੀ ਕਾਰਵਾਈ ਹੋਏਗੀ ਹੁਣ ਕੋਈ ਗੱਲ ਨੀ ਹੋਣੀ ਹੁਣ ਸਿੱਧੀ ਕਾਰਵਾਈ ਹੋਏਗੀ ਕਾਰਵਾਈ ਵੇਖੋ ਸਹੀ ਬਣਦਾ ਕੀ ਬੋਲਣਾ ਤੁਹਾਨੂੰ ਮੈਂ ਦੱਸੂਗਾ ਹੁਣ ਕੀ ਪਾਵਰ ਹੁੰਦੀ ਚਾਹੀਦੀ ਕਰਦੀ ਜਰਾ ਉਹਨਾਂ ਦੇ ਨਾਲ ਰਹਿੰਦੀ ਕਿਹਨਾਂ ਕਿਹਨਾਂ ਨੇ ਸਾਨੂੰ ਬਿਜਲੀ ਦੇ